ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਕਿਵੇਂ ਹੋ? ਆਈ ਹੋਪ ਸਾਰੇ ਬਹੁਤ ਘੈਂਟ ਹੋ, ਸਿੱਖ ਰਹੇ ਹੋ ਭੰਗੜਾ ਲੈਸਨ ਬਾਏ ਲੈਸਨ। 4 ਲੈਸਨ ਹੋ ਗਏ ਆ ਸਾਰੇ, ਅਤੇ ਮੈਨੂੰ ਹਜੇ ਤੱਕ ਤੁਸੀਂ ਟੈਗ ਨਹੀਂ ਕੀਤੀਆਂ, ਵੀਡੀਓ ਬਣਾ ਬਣਾ ਗਏ ਸੀ, ਇੰਨਾ ਸਿੱਖ ਲਿਆ ਵਾ। ਸੋ ਜਿਹੜੇ ਸਿੱਖਦੇ ਆ ਬਹੁਤ ਵਧੀਆ, ਹੋਰ ਵੀ ਸ਼ੇਅਰ ਕਰੋ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਸਿੱਖਣਾ। ਸੋ ਅੱਜ ਲੈ ਗਏ ਤੁਹਾਡੇ ਲਈ 5ਵਾਂ ਲੈਸਨ। ਸੋ ਸਟੈਪ ਦਾ ਨਾਂ ਹੈ ਜੀ ਫੁਲਕਾ, ਫੁਲਕੇ ਲਾਉਣੇ ਆਪਾਂ ਅੱਜ, ਠੀਕ ਹੈ ਜੀ? ਸੋ ਕਰਦੇ ਹਾਂ ਸ਼ੁਰੂ ਆਪਾਂ ਸਟੈਪ, ਜ਼ਿਆਦਾ ਤੁਹਾਡਾ ਟਾਈਮ ਖਰਾਬ ਨਹੀਂ ਕਰਨਾ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ, ਤੋ ਆਪਣਾ 100K ਹੋਣ ਵਾਲਾ ਵਾ। ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤਾ। ਸੋ ਗਾਂ ਹੋਰ ਵੀ ਸ਼ੇਅਰ ਕਰੋ ਭੰਗੜਾ, ਤੁਹਾਨੂੰ ਇੱਦਾਂ ਸਿਖਾਉਂਦੇ ਰਹਿਣਾ ਆਪਾਂ। ਸੋ ਚਲੋ ਠੀਕ ਆ, ਆਪਾਂ ਕਰਦੇ ਹਾਂ ਜੀ ਸ਼ੁਰੂ। ਆ ਚੈੱਕ ਕਰੋ, ਖੱਬੀ ਲੱਤ ਤੋਂ ਇਹ ਵੀ ਸ਼ੁਰੂ ਹੋਣਾ ਸਟੈਪ, ਅਤੇ ਤੁਸੀਂ ਇਹਦੀ ਜੰਪਿੰਗ ਵੇਖੋ ਕਿੱਦਾਂ ਹੋਏਗੀ। ਮਤਲਬ ਖੱਬੀ ਲੱਤ ਤੁਸੀਂ ਪਹਿਲਾਂ ਖੱਬੀ ਲੱਤ ਚੁੱਕ ਕੇ ਥੱਲੇ ਮਾਰਨੀ, 1, ਫਿਰ ਕੀਤਾ 2, ਫਿਰ 3 ਅਤੇ ਫਿਰ 4। ਸਿੰਪਲ ਆ, ਜ਼ਿਆਦਾ ਔਖਾ ਨਹੀਂ ਆ, ਬਸ ਥੋੜ੍ਹੀ ਜਿਹੀ ਜੰਪਿੰਗ ਹੋਣੀ ਇਹਦੇ ਨਾਲ। ਕਿੱਦਾਂ ਹੋਣੀ ਜੰਪਿੰਗ? ਆ ਦੇਖੋ, 1, 2, 3, 4, ਠੀਕ ਹੈ ਜੀ? ਸੋ ਹੌਲੀ ਹੌਲੀ ਤੁਸੀਂ ਇਹਨੂੰ ਸਿੱਖ ਜਾਣਾ ਵਾ, ਸਿੰਪਲ ਹੀ ਹੈਗਾ ਵਾ। ਆਪਾਂ ਬਸ ਥੋੜ੍ਹਾ ਸ਼ੋਲਡਰ ਮੂਵ ਕਰਦੇ ਰਹਿਣਾ ਨਾਲ ਨਾਲ, ਠੀਕ ਹੈ ਜੀ? ਇੱਦਾਂ ਲੈ ਕੇ ਉੱਪਰ ਚੱਕ ਚੱਕ ਕੇ ਮਾਰੀਏ ਨਹੀਂ। ਫਿਰ ਨਾਲ ਹੁਣ ਆਪਣੀ ਉਹ ਹੈਂਡ ਮੂਵਮੈਂਟ, ਇਹ ਥੋੜ੍ਹਾ ਟ੍ਰਿਕੀ ਆ, ਇਹ ਤੁਹਾਨੂੰ ਸਿੱਖਣ 'ਤੇ ਥੋੜ੍ਹਾ ਟਾਈਮ ਲੱਗੂਗਾ, ਪਰ ਤੁਸੀਂ ਸਿੱਖ ਜਾਓਗੇ ਜਲਦੀ ਜਲਦੀ। ਸੋ ਬਾਹਲਾ ਔਖਾ ਵੀ ਨਹੀਂ ਹੈ। ਸੋ ਜਦੋਂ ਤੁਸੀਂ ਆ ਤੁਹਾਡੀ ਖੱਬੀ ਲੱਤ ਆ, ਠੀਕ ਆ, ਆਪਾਂ ਕੀ ਕੀਤਾ, ਜਦੋਂ ਖੱਬੀ ਲੱਤ ਨੂੰ ਚੁੱਕ ਕੇ ਥੱਲੇ ਮਾਰਿਆ, ਨਾਲ ਆਪਾਂ ਥੱਲੇ ਤਾੜੀ ਮਾਰਨੀ ਇੱਕ। ਆ ਦੇਖੋ ਕਿੱਦਾਂ ਕੀਤਾ, 1, ਫਿਰ ਤੋਂ ਬਾਅਦ ਘੁਮਾ ਕੇ 2, ਠੀਕ ਆ ਜੀ? ਕਿੱਦਾਂ ਕੀਤਾ ਦੇਖੋ, ਪਹਿਲੀ ਲੱਤ ਖੱਬੀ ਦੇ ਨਾਲ ਇੱਧਰ ਤਾੜੀ, ਫਿਰ ਜਦੋਂ ਸੱਜੀ ਲੱਤ ਆਈ ਅਤੇ ਦੋਵੇਂ ਹੱਥ ਇੱਦਾਂ ਬਾਹਰ, ਠੀਕ ਆ ਜੀ? ਕਿੱਦਾਂ, 1, 2, 1, 2, 1, 2। ਸੋ ਇੱਦਾਂ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ ਵਾ। ਸੋ ਤੁਹਾਨੂੰ ਆਜੂਗਾ, ਪਹਿਲਾਂ ਦੋਵਾਂ ਦੀ ਪ੍ਰੈਕਟਿਸ ਕਰ ਲਿਓ, ਫਿਰ ਤੀਜਾ ਕਿੱਦਾਂ ਹੋਣਾ। ਆ ਦੇਖੋ ਤੁਸੀਂ ਕੀ ਕੀਤਾ, 1, 2, ਫਿਰ ਤੋਂ ਬਾਅਦ ਆਹ ਲੱਤ ਬਾਹਰ ਕੱਢੀ ਅਤੇ ਇੱਧਰ ਇੱਧਰਲੇ ਪਾਸੇ ਆਹ ਹੱਥ 'ਤੇ ਆਪਾਂ ਇੱਧਰੋਂ ਆ ਤਾੜੀ ਮਾਰਨੀ, ਬਿਲਕੁਲ ਓਪੋਜ਼ਿਟ, ਠੀਕ ਆ? ਲੈਫਟ ਦੇ ਓਪੋਜ਼ਿਟ ਆਪਾਂ ਇੱਦਾਂ ਕੀ ਕੀਤਾ, ਦੇਖੋ 3, ਫਿਰ ਆਪਾਂ ਦੂਜਾ ਇੱਧਰ ਰਹਿ ਗਏ ਅਤੇ 4, ਠੀਕ ਆ? ਸੋ ਚਾਰੇ ਸਟੈਪ ਇਕੱਠੇ ਕਰਦੇ ਹਾਂ, ਕਿੱਦਾਂ ਕੀਤਾ, 1, 2, 3, and 4, ਠੀਕ ਹੈ? ਕਿੱਦਾਂ ਕੀਤਾ, 1, 2, 3, 4। ਸੋ ਇਸ ਗੱਲ ਦਾ ਇੱਕ ਤੀਜੇ ਸਟੈਪ 'ਤੇ ਤੁਸੀਂ ਧਿਆਨ ਰੱਖਣਾ, ਤੀਜੇ ਜਦੋਂ ਤਿੱਦਾਂ ਤੀਜੀ ਵਾਰੀ ਆਉਣਾ, ਦੇਖੋ ਕਿੱਦਾਂ ਕਰਨਾ, 1, 2 ਅਤੇ ਖੱਬੀ ਦੀ ਓਪੋਜ਼ਿਟ ਆਪਾਂ ਸੱਜਾ ਮਾਰਨਾ। ਇੱਦਾਂ ਨਹੀਂ ਕਰਨਾ ਕਿ 3 ਅਤੇ ਇੱਧਰ ਨੂੰ ਮਾਰਿਆ, ਇਹ ਗਲਤ ਆ। ਬਹੁਤ ਜਣੇ ਗਲਤੀ ਕਰਦੇ ਆ, ਵੇਖ ਕੇ ਕਰਨ ਦੇ, ਜਦੋਂ ਵੇਖ ਕੇ ਆਪਾਂ ਟਰਾਈ ਕਰਦੇ ਨਾ ਕਿਸੇ ਵੱਲ, ਅਤੇ ਉਹ ਗਲਤੀ ਹੋ ਜਾਂਦੀ ਆ। ਅਤੇ ਤੁਸੀਂ ਇਹ ਗਲਤੀ ਦਾ ਧਿਆਨ ਰੱਖਣਾ, ਕੀ ਕਰਨਾ ਕਿ ਤੁਸੀਂ ਸਹੀ ਕਰਨਾ ਇਹਨੂੰ, ਤੁਹਾਡੀ ਖੱਬੀ ਲੱਤ ਅਤੇ ਸੱਜੇ ਹੱਥ ਨੂੰ ਤੁਸੀਂ ਇੱਦਾਂ ਕਰਨਾ, ਸੱਜੇ ਪਾਸੇ ਤਾੜੀ ਮਾਰਨੀ, ਫਿਰ ਜਦੋਂ ਸੱਜੀ ਲੱਤ ਉਦੋਂ ਖੱਬੇ ਪਾਸੇ। ਸੋ ਆਪਾਂ ਹੁਣ ਇਕੱਠਾ ਕਰਦੇ ਹਾਂ ਸਾਰਾ ਸਟੈਪ, 1, 2, 3, 4, ਠੀਕ ਹੈ ਜੀ? ਸੋ ਬਹੁਤ ਸੋਹਣਾ ਸਟੈਪ ਆ, ਹੁਣ ਆਪਾਂ ਨੂੰ ਢੋਲ ਦੀ ਬੀਟ 'ਤੇ ਕਰਦੇ ਹਾਂ। ਸੋ ਚੈੱਕ ਕਰੋ ਕਿਵੇਂ ਦਾ ਲੱਗਦਾ। ਸ਼ੇਅਰ ਕਰਨਾ ਨਾ ਭੁੱਲਿਓ, ਠੀਕ ਹੈ ਜੀ? ਸੋ ਮਿਲਦੇ ਅਗਲੇ ਲੈਸਨ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ, ਬਾਏ ਬਾਏ।